ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਚ ਸੇਵਾ ਕੇਂਦਰ ਚੋਂ ਤਾਲੇ ਤੋੜ ਕੇ 16 ਬੈਟਰੀਆਂ ਚੁਰਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸੇਵਾ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦ ਸਵੇਰੇ ਕਰਮਚਾਰੀ ਸੇਵਾ ਕੇਂਦਰ ਪੁੱਜੇ ਤਾਂ ਉਹਨਾਂ ਵੇਖਿਆ ਕਿ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰੋਂ 16 ਬੈਟਰੀਆਂ ਗਾਇਬ ਸਨ, ਜਿਨ੍ਹਾਂ ਦੀ ਕੀਮਤ ਕਰੀਬ 50,000 ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ ਤੇ ਹਾਰਡ ਡਿਸਕ ਚੋਂ ਡਾਟਾ ਵੀ ਮਿਟਾ ਦਿੱਤਾ ਗਿਆ। ਭਾਜੀ, ਮੇਰਾ ਨਾਮ ਹੈ ਅਰਵਿੰਦ, ਮੈਂ ਏਡੀਐਮ ਜਲੰਧਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ। ਸਹੀ 9:15 ਮੈਨੂੰ ਪ੍ਰਭਦੀਪ ਦੀ ਕਾਲ ਆਈ ਵੀ ਸਰ ਸਾਡੇ ਸੇਵਾ ਕੇਂਦਰ ਦਾ ਲੌਕ ਟੁੱਟਿਆ ਹੋਇਆ ਹੈਗਾ। ਮੈਂ ਇਹਨਾਂ ਨੂੰ ਰੋਕਿਆ ਵੀ ਤੁਸੀਂ ਅੰਦਰ ਨਹੀਂ ਜਾਣਾ ਹੈਗਾ, ਜੋ ਵੀ ਤੁਸੀਂ ਅੰਦਰ ਜਾਣ ਤੋਂ ਪਹਿਲਾਂ ਕੈਮਰੇ ਦੇ ਵਿੱਚ ਆਪਣੀ ਫੋਟੋ ਲੈ ਲੈਣੀ ਹੈ ਅਤੇ ਪੁਲਿਸ ਨੂੰ ਇਨਫੋਰਮ ਕਰ ਦਿਓ। ਠੀਕ ਹੈ ਰਾਜੇ। ਅਤੇ ਕਿੰਨਾ ਕੁ ਸਰ ਨੁਕਸਾਨ ਹੋ ਗਿਆ? ਸਰ ਨੁਕਸਾਨ ਇਹ ਟੋਟਲ ਸਾਡੀਆਂ ਇੱਥੇ ਬੈਟਰੀ ਚੋਰੀ ਹੋਈਆਂ ਨਹੀਂ ਹੈ, ਜਿਹੜੀ 3,250 ਰੁਪਏ ਦੀ ਇੱਕ ਬੈਟਰੀ ਦੀ ਕੋਸਟ ਹੈ। 16 ਬੈਟਰੀਆਂ ਚੋਰੀ ਹੋਈਆਂ ਨੇ, ਜਿਹੜੀ ਕਿ ਟੋਟਲ 52,000 ਰੁਪਏ ਦੀਆਂ ਬਣਦੀਆਂ ਹੈਗੀਆਂ। ਹਜੇ ਸਰ ਵੈਰੀਫਾਈ ਕਰਨਗੇ ਹੋਰ ਕੀ ਚੋਰੀ ਹੋਇਆ। ਅਤੇ ਸਰ ਕੋਈ ਪੁਲਿਸ ਨੂੰ ਇਨਫੋਰਮ ਕੀਤਾ ਜੀ ਤੁਹਾਡੇ ਵੱਲੋਂ? ਸਰ ਸਾਡੇ ਵੱਲੋਂ ਇਨਫੋਰਮ ਹੋ ਚੁੱਕਿਆ ਅਤੇ ਅਸੀਂ ਰਿਪੋਰਟ ਵੀ ਕਰਵਾ ਚੁੱਕੇ ਹੋਗੇ। ਅਤੇ ਕੀ ਕਹਿਣਾ ਪੁਲਿਸ ਦਾ ਜੀ? ਸਰ ਪੁਲਿਸ ਇਦੋਂ ਬਾਅਦ ਵੈਰੀਫਾਈ ਕਰੇਗੀ, ਚੋਰਾਂ ਨੂੰ ਫੜੇਗੀ। ਅਤੇ ਕੋਈ ਸਰ ਸੀਸੀਟੀਵੀ 'ਚ ਕੋਈ ਇੱਦਾਂ ਦੀ ਕੋਈ ਆਈ? ਸਰ ਚੋਰਾਂ ਨੇ ਸੀਸੀਟੀਵੀ ਫੁਟੇਜ ਟੋਟਲੀ ਰਿਮੂਵ ਕਰ ਦਿੱਤੀ ਹੈ। ਠੀਕ ਹੈ, ਕੁਛ ਵੀ ਰਿਕਾਰਡ ਨਹੀਂ ਹੋਇਆ ਸਰ, ਜਦਕਿ ਸਾਡੇ ਟੈਕਨੀਸ਼ੀਅਨ 2 ਦਿਨ ਪਹਿਲਾਂ ਚੈੱਕ ਕਰਕੇ ਗਏ ਨੇ, ਟੋਟਲ ਰਿਕਾਰਡਿੰਗ ਸੀਗੀ ਹਾਰਡ ਡਿਸਕ ਦੇ ਵਿੱਚ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਸ-ਪਾਸ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਘਰੇ ਜਾ ਕੇ ਵੇਖਿਆ, ਪਤਾ ਲੱਗਾ ਵੀ ਕੁਝ ਬੈਟਰੀਆਂ ਜਿਹੜੀਆਂ ਸੀ ਉਹ ਚੋਰੀ ਹੋਣੀਆਂ ਪਈਆਂ ਗਈਆਂ, ਪਰ ਹੋਰ ਵੀ ਕੋਈ ਵੀ ਕੰਪਿਊਟਰ ਵਾਲੀ ਚੀਜ਼ ਕੋਈ ਹੋਰ ਚੋਰੀ ਨਹੀਂ ਕੀਤੀ ਗਈ। ਇਹ ਮੌਕਾ ਪਰ ਛੱਕੀਪੁਰਾ ਪੁਲਿਸਾਂ ਨੂੰ ਸ਼ਾਮਲ ਤੀਸ ਕਰਕੇ ਜਲਦੀ ਤੋਂ ਜਲਦੀ ਇਹ ਟਰੇਸ ਕੀਤੀ ਹੈ। ਸੀਸੀਟੀਵੀ ਵਿੱਚ ਕੋਈ ਆਇਆ? ਸੀਸੀਟੀਵੀ ਵਿੱਚ ਸੀਸੀਟੀਵੀ ਫੁਟੇਜ ਅਜੇ ਨਹੀਂ ਆਇਆ, ਲਾਗੇ ਜਿਹੜੇ ਹੈਗੇ ਕੈਮਰੇ ਲੱਗੇ ਉਹਨਾਂ ਦੀ ਫੁਟੇਜ ਲਈ ਜਾਊਗੀ, ਜਲਦੀ ਟਰੇਸ ਕੀਤਾ ਜਾਊਗਾ। ਜਲੰਧਰ ਤੋਂ ਵਿਨੇਸ਼ ਸ਼ਰਮਾ, ਦੈਨਿਕ ਸਵਰਾ ਟੀਵੀ। ਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ। ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।